ਵਾਹਿਗੁਰੂ ਜੀ ਤੁਧੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਉਹ ਮਿੱਠੇ ਭਜਨ ਗੁਰਾਂ ਦੀ ਬਾਣੀ ਦੇ ਹਿਰਦੇ ਨੂੰ ਜਾਣ ਬਿਨ ਦੇ ਭਜਨ ਗੁਰਾਂ ਦੀ ਬਾਣੀ ਦੇ ਹਿਰਦੇ ਨੂੰ ਜਾਣ ਬਿਨ ਮਿੱਠੇ ਬਚਨ ਗੁਰਾਂ ਦੀ ਬਾਣੀ ਦੇ ਹਿਰਦੇ ਨੂੰ ਜਾਣ ਬਿਨ ਦੇ ਮਿੱਠੇ ਬਚਨ ਗੁਰਾਂ ਦੀ ਬਾਣੀ ਦੇ ਹਿਰਦੇ ਨੂੰ ਜਾਣ ਬਿਨ ਦੇ ਮਿੱਠੇ ਬਚਨ ਗੁਰਾਂ ਦੀ ਬਾਣੀ ਦੇ ਹਿਰਦੇ ਨੂੰ ਜਾਣ ਬਿਨ ਦੇ ਮਿੱਠੇ ਬਚਨ ਗੁਰਾਂ ਦੀ ਬਾਣੀ ਦੇ ਹਿਰਦੇ ਨੂੰ ਜਾਣ ਬਿਨ ਦੇ ਬਚਨ ਗੁਰਾਂ ਦੀ ਬਾਣੀ ਦੇ ਹਿਰਦੇ ਨੂੰ ਜਾਣ ਬਿਨ ਦੇ ਬਚਨ ਗੁਰਾਂ ਦੀ ਬਾਣੀ ਦੇ ਹਿਰਦੇ ਨੂੰ ਜਾਣ ਬਿਨ ਦੇ ਮਿੱਠੇ ਬਚਨ ਗੁਰਾਂ ਦੀ ਬਾਣੀ ਦੇ ਹਿਰਦੇ ਨੂੰ ਜਾਣ ਬਿਨ ਦੇ ਮਿੱਠੇ ਬਚਨ ਗੁਰਾਂ ਦੀ ਬਾਣੀ ਦੇ ਹਿਰਦੇ ਨੂੰ ਜਾਣ ਬਿਨ ਦੇ ਹਿਰਦੇ ਨੂੰ ਜੀ ਜਾਣ ਬਿਨ ਦੇ ਹਿਰਦੇ ਨੂੰ ਜੀ ਜਾਣ ਬਿਨ ਦੇ ਓ ਹਿਰਦੇ ਨੂੰ ਜੀ ਜਾਣ ਬਿਨ ਦੇ ਜਾਣ ਬਿਨ ਦੇ ਹਿਰਦੇ ਨੂੰ ਜੀ ਜਾਣ ਬਿਨ ਦੇ ਉਹ ਹਿਰਦੇ ਨੂੰ ਜੀ ਹੋ ਜਾਣ ਬਿਨ ਦੇ ਬਚਨ ਗੁਰਾਂ ਦੀ ਬਾਣੀ ਦੇ ਗੁਰਾਂ ਦੀ ਬਾਣੀ ਦੇ ਹਿਰਦੇ ਨੂੰ ਜਾਣ ਬਿਨ ਦੇ ਬਚਨ ਮਿੱਠੇ ਬਚਨ ਗੁਰਾਂ ਦੀ ਬਾਣੀ ਦੇ ਹਿਰਦੇ ਨੂੰ ਜਾਣ ਬਿਨ ਦੇ ਉਹ ਮਿੱਠੇ ਬਚਨ ਗੁਰਾਂ ਦੀ ਬਾਣੀ ਦੇ ਹਿਰਦੇ ਨੂੰ ਜਾਣ ਬਿਨ ਦੇ ਹਾਂਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਕਾ ਸੇਵਕ ਜਨ ਮਨ ਅਤ ਗੁਰੂ ਨੇ ਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਿਗੁਰੂ ਜੀ ਦਸਾਂ ਪਾਤਸ਼ਾਹੀਆਂ ਜੀ ਦੀ ਬਾਵਨ ਜਾਗਦੀ ਜੋਤ ਗੱਦੀ ਤੇ ਸਵਾਇਮਾਨ ਚਵਰ ਤਖਤਾਂ ਦੇ ਮਾਲਕ ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ
ਅਸੀਂ ਤੁਸੀਂ ਸਾਰੇ ਹੀ ਮਾਈ ਭਾਈ ਬੜੇ ਪਿਆਰ ਦੇ ਵਿੱਚ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਉਹ ਨਾਮ ਰੰਗੀ ਆਤਮਾ ਨਾਮ ਦੇ ਵਿੱਚ ਰੰਗੇ ਰਹਿਣ ਵਾਲੇ ਨਾਮ ਦੇ ਰਸੀਏ ਪੂਰਨ ਬ੍ਰਹਮ ਗਿਆਨੀ ਧੰਨ 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 ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾਂ ਵਾਲੇ ਪਿਆਰੇ ਬਾਬਾ ਜੀ ਦੀ ਮਿੱਠੀ ਨਿੱਘੀ ਸਲਾਨਾ ਜਾਤ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਜੀ ਦੇ ਚਰਣਾਂ ਦੇ ਵਿੱਚ ਇਹ ਸੁਭਾਗੀਆਂ ਘੜੀਆਂ ਮਹਾਰਾਜ ਦੇ ਚਰਣਾਂ 'ਚ ਬੈਠ ਕੇ ਬਤੀਤ ਕਰਦੇ ਹਰ ਸਾਲ ਇਹ 20 ਤਰੀਕ ਔਰ 21 ਤਰੀਕ ਦਾ ਦਿਨ ਦਾ ਦੀਵਾਨ ਸਾਰਾ ਦਿਨ ਬਾਬਾ ਜੀ ਦੀ ਯਾਦ ਵਿੱਚ ਇਹ ਯਾਦਾਂ ਕਿਹਨਾਂ ਦੀਆਂ ਮਨਾਈਆਂ ਜਾਂਦੀਆਂ ਨੇ ਜਿਹੜੇ ਕਿਸੇ ਦੀ ਯਾਦ ਜਿਹੜੇ ਰੱਬ ਦੀ ਯਾਦ ਵਿੱਚ ਜੁੜ ਜਾਂਦੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀਆਂ ਯਾਦਾਂ ਵਿੱਚ ਜੁੜੇ ਅੱਜ ਸੰਸਾਰ ਦੇ ਲੋਕ ਬਾਬਾ ਜੀ ਦੀ ਯਾਦ ਵਿੱਚ ਜੁੜਦੇ ਨੇ ਜਿਵੇਂ ਆਪਾਂ ਬੈਠੇ ਹਾਂ ਆਖੋ ਸਤਨਾਮ ਇਹ ਘੜੀਆਂ ਜਿਹੜੀਆਂ ਮਿਲੀਆਂ ਉਹ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿਹੜੇ ਕਰਨੀ ਤੇ ਕਥਨੀ ਦੇ ਪੂਰੇ ਜਾਂ ਕਾ ਕਿਹਾ ਦਰਗਹਿ ਚੱਲੇ ਜਿਨ੍ਹਾਂ ਦੀ ਦਰਗਾਹ 'ਚ ਚੱਲਦੀ ਜਿਹੜਾ ਬਚਨ ਕਰਦਾ ਉਹ ਬਚਨ ਸੱਤ ਵਚਨ ਜਿਹੜਾ ਬਚਨ ਬਾਬਾ ਜੀ ਪ੍ਰੇਮ ਦੇ ਵਿੱਚ ਮਾਰਗ ਪ੍ਰੇਮ ਦਾ ਹੁਣੇ ਹੁਣੇ ਸਰਵਣ ਕੀਤਾ ਜਿਹੜੇ ਦਰ ਤੇ ਆਪਾਂ ਆਏ ਆ ਕੇ ਮੱਥਾ ਟੇਕਦੇ ਹਾਂ ਬਾਬਾ ਜੀ ਨੇ ਇਹ ਦਰ ਬਣਾਏ ਇਹ ਦਰ ਉਹਨਾਂ ਦਾ ਜਿਹੜੇ ਪ੍ਰੇਮ ਕਰਦੇ ਨੇ ਜਿਨ੍ਹਾਂ ਦੇ ਅੰਦਰ ਪਿਆਰ ਹੈ ਕਿਉਂਕਿ ਬਾਬਾ ਜੀ ਆਪ ਪ੍ਰੇਮ ਦੀ ਮੂਰਤ ਬਾਬਾ ਜੀ ਆਪ ਪਿਆਰ ਦੀ ਮੂਰਤ ਬਾਬਾ ਜੀ ਦੇ ਅੰਦਰ ਆਪ ਪਿਆਰ ਸ਼੍ਰੀ ਗੁਰੂ ਨਾਨਕ ਮਹਾਰਾਜ ਜੀ ਦੀ ਪ੍ਰਤ ਉਹ ਪ੍ਰੇਮ ਬਾਬਾ ਜੀ ਨੇ ਸੰਗਤਾਂ ਦੇ ਵਿੱਚ ਵੰਡਿਆ ਅੱਜ ਉਹਨਾਂ ਦੇ ਪਿਆਰ ਵਾਲੇ ਸੇਵਕ ਜਗ੍ਹਾ ਜਗ੍ਹਾ ਤੇ ਥਾਂ ਥਾਂ ਤੇ ਪ੍ਰੇਮ ਵੰਡ ਰਹੇ ਹਰ ਸਾਲ ਦੀ ਤਰ੍ਹਾਂ ਅਨੇਕਾਂ ਸਾਧੂ ਆਉਂਦੇ ਸ਼੍ਰੀਮਾਨ ਸੰਤ ਬਾਬਾ ਬਲਦੇਵ ਸਿੰਘ ਜੀ ਹੁਣੇ ਬੜੇ ਪਿਆਰ ਵਿੱਚ ਸਭ ਨੂੰ ਜਾ ਜਾ ਕੇ ਸੱਦੇ ਪੱਤਰ ਦੇਣੇ ਸਭ ਨੂੰ ਬੁਲਾਉਣਾ ਸਾਡੀਆਂ ਸੰਗਤਾਂ ਨੂੰ ਦਰਸ਼ਨ ਕਰਾਉਣੇ ਇਹ ਕਿਰਪਾ ਬਾਬਾ ਆਨੰਦ ਸਿੰਘ ਜੀ ਮਹਾਰਾਜ ਮੇਰੇ ਮਾਲਕ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇਹਰਾਦੂਨ ਦੀ ਧਰਤੀ ਤੇ ਗਏ ਬਾਬਾ ਜੀ ਨੇ ਆਪਣੇ ਪਿਆਰੇ ਨੂੰ ਕਿਹਾ ਭਾਈ ਡਾਲੀ ਪ੍ਰਸ਼ਾਦਾ ਉਨਾ ਕੁ ਲੈ ਕੇ ਆਉਣਾ ਜਿੰਨਾ ਕੁ ਆਪਾਂ ਨੂੰ ਲੋੜ ਹੈ ਜ਼ਿਆਦਾ ਨਹੀਂ ਲਿਆਉਣਾ ਜਿੰਨਾ ਕੁ ਲੋੜ ਹੈ ਉਨਾ ਕੁ ਲਿਆਈ ਗਿਣ ਲਓ ਕਿੰਨੇ ਕੁ ਜਾਣੇ ਉਹ ਜਾਇਆ ਕਰੇ ਉਨਾ ਕੁ ਲੈ ਆਇਆ ਕਰੇ ਬਾਬਾ ਜੀ ਪਿਆਰ ਵਿੱਚ ਸਭ ਸੰਗਤਾਂ ਨੇ ਪਿਆਰ ਵਾਲਿਆਂ ਨੇ ਛਕਣਾ ਲੋੜ ਅਨੁਸਾਰ ਬਾਬਾ ਜੀ ਨੇ ਲੈਣਾ ਬੜੇ ਪਿਆਰ ਵਿੱਚ ਇੱਕ ਮਾਈ ਆਪਣੇ ਘਰੋਂ ਪ੍ਰਸ਼ਾਦਾ ਪਾਇਆ ਕਰੇ ਦੁੱਧ ਪਾਇਆ ਕਰੇ ਪਰ ਉਹਨੇ ਕਦੇ ਸੇਵਾਦਾਰ ਨੂੰ ਬੁਲਾਇਆ ਨਹੀਂ ਜਦੋਂ ਆਉਂਦੀ ਹੈ ਵਾਹਿਗੁਰੂ ਵਾਹਿਗੁਰੂ ਜਪਦੀ ਆਉਂਦੀ ਹੈ ਤੇ ਵਾਹਿਗੁਰੂ ਜਪਦੀ ਉਹ ਦੁੱਧ ਪਾ ਦਿੰਦੀ ਹੈ ਵਾਹਿਗੁਰੂ ਜਪਦੀ ਪ੍ਰਸ਼ਾਦਾ ਦਿੰਦੀ ਹੈ ਤੇ ਵਾਪਸ ਵਾਹਿਗੁਰੂ ਜਪਦੀ ਚਲੀ ਜਾਂਦੀ ਅੱਜ ਬਾਬਾ ਜੀ ਪਿਆਰ ਵਿੱਚ ਬੈਠੇ ਕਹਿਣ ਲੱਗੇ ਗੁਰਮੁਖਾ ਪ੍ਰਸ਼ਾਦਾ ਲੈ ਕੇ ਉਹਨਾਂ ਕੋਈ ਪਿੰਡ ਦੀ ਗੱਲ ਤੇ ਸੁਣਾ ਕਹਿਣ ਲੱਗਿਆ ਜੀ ਆਪ ਜੀ ਦੀ ਕਿਰਪਾ ਸਾਰੇ ਬਹੁਤ ਵਧੀਆ ਪ੍ਰਸ਼ਾਦਾ ਦੇ ਦਿੰਦੇ ਨੇ ਕੋਈ ਮਾੜਾ ਚੰਗਾ ਨਹੀਂ ਬੋਲਦਾ ਪਰ ਬਾਬਾ ਜੀ ਇੱਕ ਮਾਈ ਹੈ ਉਹ ਤੇ ਨਾਮ ਦੇ ਵਿੱਚ ਭਿੱਜੀ ਹੈ ਉਹ ਜਦੋਂ ਵੀ ਪ੍ਰਸ਼ਾਦਾ ਪਾਉਂਦੀ ਹੈ ਉਹਦੇ ਵਾਹਿਗੁਰੂ ਦਾ ਜਾਪ ਹੈ ਆਉਂਦੀ ਵੀ ਵਾਹਿਗੁਰੂ ਪਾ ਕੇ ਜਾਂਦੀ ਵੀ ਵਾਹਿਗੁਰੂ ਜਪੀ ਜਾਂਦੀ ਉਹ ਸਿਮਰਨ ਕਰਦੀ ਹੈ ਹੁਣ ਜਿਹੜਾ ਜਾਪ ਕਰੇ ਜਿਹੜਾ ਸਿਮਰਨ ਕਰੇ ਬਾਬਾ ਜੀ ਵੀ ਤੇ ਉਹਨਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਪਿਆਰ ਕਹਿੰਦੇ ਜੀ ਉਹ ਵਾਹਿਗੁਰੂ ਜਪਦੀ ਬਾਬਾ ਜੀ ਕਹਿੰਦੇ ਜਦੋਂ ਹੁਣ ਜਾਏਗਾ ਨਾ ਕੱਲ੍ਹ ਵਾਰੀ ਆਏਗੀ ਮਾਈ ਕੋਲੇ ਜਾਈ ਮਾਈ ਨੂੰ ਕਹੀ ਤੈਨੂੰ ਬਾਬਾ ਜੀ ਯਾਦ ਕਰਦੇ ਨੇ ਆਖੋ ਸਤਨਾਮ ਵਾਹਿਗੁਰੂ ਤੈਨੂੰ ਯਾਦ ਕਰਦੇ ਪਏ ਉਹ ਸੇਵਾਦਾਰ ਕਹਿੰਦਾ ਮਾਈ ਅੱਜ ਤੈਨੂੰ ਬਾਬਾ ਜੀ ਨੇ ਬੁਲਾਇਆ ਬਾਬਾ ਜੀ ਕਦੇ ਮੱਥੇ ਨਹੀਂ ਸੀ ਲੱਗਦੇ ਇਕੱਲੀ ਮਾਈ ਇਹ ਤੇ ਕਰਮਾਂ ਦੀਆਂ ਖੇਡਾਂ ਨੇ ਬਾਬਾ ਜੀ ਉਹ ਸੇਵਾਦਾਰ ਕਹਿਣ ਲੱਗਿਆ ਮਾਈ ਬਾਬਾ ਜੀ ਯਾਦ ਕਰਦੇ ਨੇ ਮਾਈ ਤੇ ਭੱਜੀ ਭੱਜੀ ਦੌੜੀ ਦੌੜੀ ਜਾ ਰਹੀ ਅੱਜ ਮੈਨੂੰ ਯਾਦ ਕਰ ਲਿਆ ਮੇਰੇ ਬਾਬਾ ਜੀ ਆਪਾਂ ਵੀ ਸਾਰੇ ਕਰਮਾਂ ਵਾਲੇ ਹਾਂ ਮਾਈ ਕਹਿੰਦੀ ਜਾਂਦੀ ਮੈਂ ਕਰਮਾਂ ਵਾਲੀ ਮੈਂ ਭਾਗਾਂ ਵਾਲੀ ਮੈਨੂੰ ਬਾਬਾ ਜੀ ਨੇ ਯਾਦ ਕੀਤਾ
ਆਪਾਂ ਸਾਰੇ ਪੜੋ ਚੰਗੇ ਭਾਗ ਨੀ ਜਿੰਦੜੀਏ ਤੇਰੇ ਮੇਲਾ ਹੋਇਆ ਸਾਧੂਆਂ ਮੇਲਾ ਹੋਇਆ ਸਾਧੂਆਂ ਦਾ ਉਹ ਚੰਗੇ ਆਗਨੀ ਜਿੰਦੜੀਏ ਤੇਰੇ ਮੇਲਾ ਹੋਇਆ ਸਾਧੂਆਂ ਦਾ ਚੰਗੇ ਆਗਨੀ ਜਿੰਦੜੀਏ ਤੇਰੇ ਮੇਲਾ ਹੋਇਆ ਸਾਧੂਆਂ ਦਾ ਚੰਗੇ ਆਗਨੀ ਜਿੰਦੜੀਏ ਤੇਰੇ ਮੇਲਾ ਹੋਇਆ ਸਾਧੂਆਂ ਦਾ ਸਾਧੂਆਂ ਦਾ ਮੇਲਾ ਹੋਇਆ ਜੀ ਸਾਧੂਆਂ ਦਾ ਉਹ ਮੇਲਾ ਹੋਇਆ ਜੀ ਸਾਧੂਆਂ ਦਾ ਉਹ ਮੇਲਾ ਹੋਇਆ ਜੀ ਸਾਧੂਆਂ ਦਾ ਮੇਲਾ ਹੋਇਆ ਜੀ ਸਾਧੂਆਂ ਦਾ ਉਹ ਮੇਲਾ ਹੋਇਆ ਜੀ ਸਾਧੂਆਂ ਦਾ ਭਾਗਨੀ ਜਿੰਦੜੀਏ ਤੇਰੇ ਉਹ ਮੇਲਾ ਹੋਇਆ ਸਾਧੂਆਂ ਦਾ ਭਾਗਨੀ ਜਿੰਦੜੀਏ ਤੇਰੇ ਉਹ ਮੇਲਾ ਹੋਇਆ ਸਾਧੂਆਂ ਦਾ ਚੰਗੇ ਭਾਗਨੀ ਜਿੰਦੜੀਏ ਤੇਰੇ ਮੇਲਾ ਹੋਇਆ ਸਾਧੂਆਂ ਦਾ ਭਾਗਨੀ ਜਿੰਦੜੀਏ ਮੇਲਾ ਹੋਇਆ ਸਾਧੂਆਂ ਦਾ ਉਹ ਗਈ ਦੌੜੀ ਦੌੜੀ ਗਈ ਉਹਨੇ ਚਰਨਾਂ ਤੇ ਮੱਥਾ ਟੇਕਿਆ ਮੇਰੇ ਭਾਗ ਜਾ ਕੇ ਆ ਸਾਡੇ ਵੀ ਜਾ ਕੇ ਕਿੰਨੇ ਸਾਧੂ ਆਏ ਕਿੰਨਿਆਂ ਨੇ ਦਰਸ਼ਨ ਦਿੱਤੇ ਕਿੰਨੇ ਦਰਸ਼ਨ ਦੇ ਰਹੇ ਉਹ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੀ ਉਹਨਾਂ ਦੀ ਕਿਰਪਾ ਸਦਕਾ ਮਾਈ ਨੂੰ ਕਹਿਣ ਲੱਗੇ ਮਾਈ ਕੁਝ ਮੰਗ ਲੈ ਸੰਖੇਪ ਜੀ ਵਿਚਾਰ ਦੇਣੀ ਮੰਗ ਲੈ ਮਾਈ ਕਹਿੰਦੀ ਬਾਬਾ ਜੀ ਕਿਰਪਾ ਕਰੋ ਸਾਰੇ ਸੁੱਖ ਨੇ ਸਾਰੇ ਆਨੰਦ ਨੇ ਕਿਰਪਾ ਕਰਿਓ ਜੀ ਮੇਰਾ ਅੰਤ ਵੇਲਾ ਸਾਂਭ ਲਿਓ ਮੇਰੇ ਤੇ ਕਿਰਪਾ ਕਰ ਦਿਓ ਬਾਬਾ ਜੀ ਕਹਿੰਦੇ ਠੀਕ ਹੈ ਤੇਰਾ ਅੰਤ ਵੇਲਾ ਸਾਂਭਾਂਗੇ ਬਚਨ ਕਰਦਾ ਉਹ ਜਿਹੜਾ ਬਚਨ ਕਰਦੇ ਸੀ ਉਹਦੇ ਪਹਿਰਾ ਦਿੰਦੇ ਉਹ ਬਚਨ ਤਿੰਨ ਕਾਲ ਸੱਤ ਉੱਥੇ ਕਈ ਬੈਠੇ ਆਪਣੇ ਵਰਗੇ ਨਿੰਦ ਕਹਿਣ ਲੱਗੇ ਲੈ ਐਵੇਂ ਇਹ ਕਹਿ ਜਾਂਦੇ ਨੇ ਮਾਈ ਤੇ ਭੱਜੀ ਫਿਰਦੀ ਮੇਰਾ ਅੰਤ ਵੇਲਾ ਸਾਂਭਣਗੇ ਉਹ ਕਹਿੰਦੇ ਮਾਈ ਕਿਸੇ ਨੇ ਨਹੀਂ ਆਉਣਾ ਇਹ ਬਾਬੇ ਕਹਿ ਜਾਂਦੇ ਨੇ ਉਹ ਕਹਿੰਦੇ ਹੋਣਗੇ ਹੋਰ ਬਾਬੇ ਪਰ ਬਾਬਾ ਆਨੰਦ ਸਿੰਘ ਜੀ ਵਰਗੇ ਨਹੀਂ ਹੋਣ ਇਹ ਕਹਿ ਜਾਂਦੇ ਨੇ ਆਉਣਾ ਕਿਸੇ ਨੇ ਨਹੀਂ ਅੰਤ ਵੇਲਾ ਕਿਸੇ ਨੇ ਨਹੀਂ ਸਾਂਭਣਾ ਕਹਿੰਦੀ ਨਹੀਂ ਬਾਬਾ ਆਨੰਦ ਸਿੰਘ ਜੀ ਨੇ ਜਿਹੜਾ ਬਚਨ ਕਰਦਾ ਹੈ ਇਹ ਸਾਂਭਣਗੇ ਜ਼ਰੂਰ ਬਾਬਾ ਜੀ ਦਾ ਉਹ ਸਮਾਂ ਆਇਆ ਜਿਹੜਾ ਨਾਨਕ ਸਰ ਕਲੇਰਾਂ 13 ਭਾਦਰਾਂ ਨੂੰ ਵਰਸੀ ਮਨਾਈ ਬਾਬਾ ਜੀ ਸੱਚਖੰਡ ਚਲੇ ਗਏ ਮਾਈ ਸੀ ਉਹੀ ਬੰਦੇ ਜਾ ਜਾ ਕੇ ਘਰ ਕਹਿੰਦੇ ਮਾਈ ਤੈਨੂੰ ਕਹਿੰਦੇ ਸੀ ਕਿਸੇ ਬਾਬੇ ਨੇ ਨਹੀਂ ਆਉਣਾ ਕਿਸੇ ਨੇ ਤੇਰਾ ਅੰਤ ਵੇਲਾ ਨਹੀਂ ਸਾਂਭਣਾ ਇਹ ਗੱਲਾਂ ਕਰਕੇ ਕਹਿ ਜਾਂਦੇ ਨੇ ਮਾਈ ਕਹਿੰਦੀ ਨਹੀਂ ਅੱਜ ਵੀ ਯਕੀਨ ਕਰਦੀ ਹਾਂ ਅੱਜ ਵੀ ਆਉਣਗੇ ਮੇਰਾ ਅੰਤ ਵੇਲਾ ਸਾਂਭਣ ਕਹਿੰਦੇ ਇਹ ਕਮਲੀ ਹੋ ਗਈ ਮਾਈ ਉਹ ਚਲੇ ਗਏ ਸਾਰਾ ਕੁਝ ਨਿਬੜ ਗਿਆ ਕਿਵੇਂ ਆਉਣਗੇ ਬਾਣੀ ਕਹਿੰਦੀ ਹਰ ਹਰ ਜਨ ਦੋਇ ਏਕ ਹੈ ਬੇਬ ਵਿਚਾਰ ਕੁਛ ਨਾ ਹੈ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਕੈ ਕਹਿੰਦੇ ਜਲ ਤੋਂ ਤਰੰਗਾਂ ਪੈਦਾ ਹੁੰਦੀਆਂ ਨੇ ਲੱਗਦੀਆਂ ਦੋ ਨੇ ਇੱਕ ਪਾਣੀ ਹੈ ਇੱਕ ਤਰੰਗ ਹੈ ਪਰ ਜਦੋਂ ਉਹਨੂੰ ਬੁੱਕ ਦੇ ਨਾਲ ਭਰਾਂਗੇ ਇੰਝ ਲੱਗਦਾ ਜਦੋਂ ਭਰ ਲੈਂਦੇ ਹਾਂ ਉਹ ਇੱਕੋ ਹੀ ਹੋ ਜਾਂਦੀ ਹੈ ਤੇ ਬਾਬਾ ਜੀ ਨੇ ਉਹ ਕਿਰਪਾ ਕੀਤੀ ਨਾਨਕ ਸਰ ਕਲੇਰਾਂ ਦੀ ਧਰਤੀ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹ ਸੇਵਾ ਉਹ ਡਿਊਟੀ ਨਿਭਾ ਰਹੇ ਸੀ ਉਹ ਡਿਊਟੀ ਨਿਭਾ ਰਹੇ ਸੰਗਤਾਂ ਨੂੰ ਤਾਰ ਰਹੇ ਸੀ ਉਹੀ ਜੋਤ ਉਹੀ ਪਿਆਰ ਉਹੀ ਨਿਮਰਤਾ ਬਾਬਾ ਜੀ ਦੇ ਅੰਦਰ ਧੰਨ ਬਾਬਾ ਆਨੰਦ ਸਿੰਘ ਜੀ ਨੇ ਕਿਰਪਾ ਕੀਤੀ ਆਪਣਾ ਹੀ ਰੂਪ ਦਿੱਤਾ ਇੱਕ ਦਿਨ ਕਹਿਣ ਲੱਗੇ ਪਿਆਰ ਵਾਲਿਆਂ ਨੂੰ ਕਹਿੰਦੇ ਬਈ ਆਪਾਂ ਦੇਹਰਾਦੂਨ ਜਾਣਾ ਜਲਦੀ ਜਾਣਾ ਹੈ ਬਾਬਾ ਜੀ ਦੇ ਪਹੁੰਚਦਿਆਂ ਪਹੁੰਚਦਿਆਂ ਬਾਬਾ ਜੀ ਤੁਰੇ ਹੋਏ ਨੇ ਮਾਈ ਚੜ੍ਹਾਈ ਕਰ ਗਈ ਉਹ ਬੈਠੇ ਬੰਦੇ ਕੋਲ ਨੇ ਲੈ ਦੇਖ ਲਾ ਮਾਈ ਤੂੰ ਕਹਿੰਦੀ ਸੀ ਆਉਣਗੇ ਸਾਧੂ ਮੇਰਾ ਅੰਤ ਵੇਲਾ ਸਾਂਭਣਗੇ ਇੱਥੇ ਕੋਈ ਨਹੀਂ ਆਉਂਦਾ ਗੱਲਾਂ ਕਰਦੇ ਨੇ
ਬੈਠੇ ਨੇ ਕੀ ਵੇਖਿਆ ਬਾਬਾ ਜੀ ਦੀ ਜਾ ਕੇ ਕਾਰ ਖਲੋ ਗਈ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਪਣੀ ਕਾਰ ਚੋਂ ਉਤਰੇ ਨੇ ਗਲ ਵਿੱਚ ਉਹ ਪਰਨਾ ਮਾਈ ਦਾ ਇਸ਼ਨਾਨ ਕਰਾਇਆ ਬੀਬੀਆਂ ਭੈਣਾਂ ਨੇ ਜਦੋਂ ਲਿਜਾਣ ਲੱਗੇ ਨੇ ਨਾ ਅੰਤ ਵੇਲਾ ਆਇਆ ਉਹ ਤੇ ਭਾਗਾਂ ਦੀ ਗੱਲ ਸੀ ਚੰਗੀ ਕਰਮਾਂ ਦੀ ਗੱਲ ਕਹਿੰਦੇ ਬਾਬਾ ਜੀ ਆਪ ਉਹ ਅਰਥੀ ਨੂੰ ਮੋਢਾ ਲਾ ਕੇ ਗਏ ਮੇਰੇ ਮਾਲਕ ਦਾ ਹੁਕਮ ਹੈ ਮੇਰੇ ਮਾਲਕ ਜੀ ਇਹਨਾਂ ਨੂੰ ਵਚਨ ਕਰਕੇ ਗਏ ਸੀ ਮੈਂ ਉਹ ਵਚਨ ਨੂੰ ਪੂਰਾ ਕਰਨਾ ਹੈ ਆਪ ਅਰਥੀ ਨੂੰ ਮੋਢਾ ਲਾ ਕੇ ਆਪ ਜਾ ਕੇ ਸ਼ਮਸ਼ਾਨ ਘਾਟ ਦੇ ਵਿੱਚ ਬਾਬਾ ਜੀ ਨੇ ਅਗਨੀ ਵੀ ਆਪ ਭੇਟਾ ਕੀਤੀ ਆਪ ਕਿਰਪਾ ਕੀਤੀ ਉਹੀ ਰੂਪ ਉਹੀ ਜੋਤ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਕਿਰਪਾ ਉਹਨਾਂ ਦੀਆਂ ਰਹਿਮਤਾਂ ਦਾ ਸਦਕਾ ਆ ਸੋਹਣੇ ਦਰਬਾਰ ਸਜੇ ਨੇ ਅੱਜ ਗੁਰੂ ਪਿਆਰੇ ਬਹੁਤ ਕੁਝ ਸੁਣਨ ਵਾਸਤੇ ਮਿਲਦਾ ਹੈ ਸਾਡੀ ਮਨ ਸਾਡਾ ਭਾਵਨਾ ਜਿਹੜੀ ਹੈ ਇਹ ਸਾਡੇ ਗੁਰੂ ਦੇ ਚਰਨਾਂ 'ਤੇ ਆ ਜਾਏ ਸਾਨੂੰ ਬਾਬਾ ਜੀ ਨੇ ਆਪਾਂ ਹੁਣ ਕਿੰਨਾ ਸਰਵਣ ਕੀਤਾ ਵੀ ਬਾਬਾ ਜੀ ਕੋਲੇ ਕੇਵਲ ਪ੍ਰੇਮ ਦਾ ਮਾਰਗ ਕੇਵਲ ਪ੍ਰੇਮ ਅੱਗੋਂ ਵੀ ਇਹੀ ਦਰਸਾਈ ਜਾਣਾ ਸਾਰੀ ਰਾਤ ਇਹੀ ਦਰਸਾ ਰਹੇ ਵੀ ਬਾਬਾ ਜੀ ਦਾ ਪ੍ਰੇਮ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਉਹਨਾਂ ਨੇ ਪ੍ਰੇਮ ਕੀਤਾ ਅੱਜ ਬੜਾ ਕੁਝ ਸੁਣਦੇ ਹਾਂ ਸਾਡਾ ਇਹੀ ਪ੍ਰੇਮ ਸਾਡੀ ਇਹੀ ਸ਼ਰਧਾ ਬਣੀ ਰਹੇ ਅਤੇ ਬਾਬਾ ਜੀ ਸਾਡੇ 'ਤੇ ਕਿਰਪਾ ਬਣੀਆਂ ਬੜੀਆਂ ਰਹਿਮਤਾਂ ਬਾਬਾ ਜੀ ਵਰਸਾਉਂਦੇ ਸੋ ਬੜਾ ਕੁਝ ਸੁਣਦੇ ਹਾਂ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਹੜੇ ਇਹ ਗਿਆਨ ਨੇ ਉਹ ਨਹੀਂ ਪਿਆਰਿਓ ਇਹ ਗਿਆਨ ਵੀ ਨੇ ਇਹ ਗਿਆਨੀਆਂ 'ਚੋਂ ਗਿਆਨ ਇਹ ਧਿਆਨ ਵਿੱਚੋਂ ਧਿਆਨ ਵੀ ਬਹੁਤ ਵੱਡਾ ਆਖੋ ਸਤਨਾਮ ਬਾਬਾ ਜੀ ਧਿਆਨ ਵਿੱਚ ਜੁੜੇ ਬਾਬਾ ਜੀ ਗਿਆਨ ਵਿੱਚ ਜੁੜੇ ਅੱਜ ਦੁਨੀਆਂ ਦੇ ਲੋਕ ਬਾਬਾ ਜੀ ਦੀ ਯਾਦ ਵਿੱਚ ਜੁੜਦੇ ਹੋਏ ਸ਼ਰਧਾ ਭਾਵਨਾ ਬਣਾਉਣੀ ਹੈ ਸ਼ਰਧਾ ਤੋਂ ਬਣਾਇਆ ਤੋਂ ਭਾਵਨਾ ਬਣਾਇਆ ਤੋਂ ਬਾਬਾ ਜੀ ਨੇ ਝੋਲੀਆਂ ਭਰਨੀਆਂ ਕੋਈ ਜੋ ਮਰਜ਼ੀ ਕਹੀ ਜਾਵੇ ਸਾਡੇ ਮਨ ਨੇ ਕੀ ਕਹਿਣਾ ਛੋਟੀ ਜੀ ਬੇਨਤੀ ਪਰ ਫਿਰ ਸਮਾਪਤੀ ਕਰਦੇ ਇੱਕ ਹੰਸ ਹੈ ਦੁਨੀਆਂ 'ਤੇ ਉਹਦੇ ਅੱਗੇ ਦੁੱਧ ਰੱਖਦੇ ਹਾਂ ਉਹ ਚੁੰਜ ਪਾਉਂਦਾ ਫਟ ਜਾਂਦਾ ਫੁੱਟੀਆਂ ਫੁੱਟੀਆਂ ਖਾ ਕੇ ਤੁਰ ਜਾਂਦਾ ਅਤੇ ਬਾਬਾ ਜੀ ਨੇ ਕਹਿਣਾ ਭਾਈ ਇਸ ਬੰਦੇ ਨੂੰ ਇਸ ਇਨਸਾਨ ਨੂੰ ਸਤਿਗੁਰੂ ਜੀ ਨੇ ਪਰਮ ਹੰਸ ਬਣਾਇਆ ਉਹ ਤੋਂ ਵੀ ਵੱਡਾ ਬਣਾਇਆ ਇਹਨੂੰ ਗਿਆਨ ਹੋਣਾ ਚਾਹੀਦਾ ਕੀ ਚੰਗਾ ਤੇ ਕੀ ਮਾੜਾ ਸਤਿਗੁਰੂ ਜੀ ਤੋਂ ਚੰਗਾ ਸਾਡੇ ਵਾਸਤੇ ਕੁਝ ਵੀ ਨਹੀਂ ਸਾਡਾ ਸਿਰ ਸਤਿਗੁਰੂ ਦੇ ਚਰਨਾਂ 'ਤੇ ਝੁਕੇ ਸਾਡਾ ਸਿਰ ਰੱਬ ਦੇ ਪਿਆਰਿਆਂ 'ਤੇ ਉਹਨਾਂ ਦੇ ਚਰਨਾਂ 'ਤੇ ਝੁਕੇ ਜਿਹੜੇ ਸਤਿਗੁਰੂ ਦੇ ਚਰਨਾਂ 'ਤੇ ਸਿਰ ਝੁਕਾਉਂਦੇ ਨੇ ਬਾਬਾ ਜੀ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀਆਂ ਇਹ ਕਿਰਪਾ ਦੇ ਨਾਲ ਮਿੱਠੜੀਆਂ ਯਾਦਾਂ ਦੇ ਵਿੱਚ ਬੜੇ ਪਿਆਰ ਵਾਲੇ ਸਾਧੂ ਬੜੀਆਂ ਰੰਗੀਆਂ ਹੋਈਆਂ ਆਤਮਾਵਾਂ ਜਿਨ੍ਹਾਂ ਨੇ ਆਪ ਜੀ ਨੂੰ ਬਚਨ ਸਰਵਣ ਕਰਾਏ ਬਾਬਾ ਜੀ ਦੇ ਦਰ ਕਰਦੇ ਬਹੁਤ ਉੱਚਾ ਘਰ ਬਾਬਾ ਜੀ ਦਾ ਤੇਰਾ ਤੇਰਾ ਕਹਿ ਦਿਲ ਮੇਰਾ ਜਾਂ ਤੁਧ ਦਰਸ਼ਨ ਪਾਇਆ ਬਾਬਾ ਜੀ ਹੋਰ ਵਸੇਰਾ ਕੋਈ ਨਾ ਮੇਰਾ ਤੇਰੇ ਚਰਨੀ ਡੇਰਾ ਪਰ ਤੇਰੇ ਚਰਨਾਂ 'ਚ ਹੀ ਬੈਠੇ ਹਾਂ ਬਾਬਾ ਜੀ ਸਾਡੇ 'ਤੇ ਕਿਰਪਾ ਕਰੋ ਬੜੇ ਪਿਆਰ ਵਾਲੇ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਬੜੇ ਪਿਆਰ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਬਾਬਾ ਅਰਵਿੰਦਰ ਸਿੰਘ ਜੀ ਰੌਲੀ ਤੋਂ ਉਹਨਾਂ ਨੇ ਵੀ ਸਮਾਂ ਲਾਉਣਾ ਬਾਬਾ ਬੱਗਾ ਸਿੰਘ ਜੀ ਸੰਤ ਬਾਬਾ ਘਾਲਾ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲੇ ਉਹਨਾਂ ਤੋਂ ਉਹਨਾਂ ਦਾ ਹਜ਼ੂਰੀ ਜੱਥਾ ਉਹ ਵੀ ਬੜੇ ਪਿਆਰ ਵਿੱਚ ਪਹੁੰਚੇ ਨੇ ਹਰ ਸਾਲ ਆਉਂਦੇ ਨੇ ਆਓ ਆ ਪਿਆਰ ਦੀ ਧਾਰਨਾ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰੀਏ ਤੋਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕੋਈ ਨਾਉ ਨਾ ਜਾਣੇ ਮੇਰਾ ਕੋਈ ਨਾਉ ਨਾ ਜਾਣੇ ਮੇਰਾ ਨਾਉ ਨਾ ਜਾਣੇ ਮੇਰਾ ਨਾਉ ਨਾ ਜਾਣੇ ਮੇਰਾ ਕੋਈ ਨਾਉ ਨਾ ਜਾਣੇ ਮੇਰਾ ਨਾਉ ਨਾ ਜਾਣੇ ਮੇਰਾ ਨਾਉ ਨਾ ਜਾਣੇ ਮੇਰਾ ਕੋਈ ਨਾਉ ਨਾ ਜਾਣੇ ਮੇਰਾ ਨਾਉ ਨਾ ਜਾਣੇ ਮੇਰਾ
ਨਾਉ ਨਾ ਜਾਣੇ ਮੇਰਾ, ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ ਜੀ, ਨਾਉ ਨਾ ਜਾਣੇ ਮੇਰਾ ਬਾਬਾ ਜੀ, ਨਾਉ ਨਾ ਜਾਣੇ ਨਾਉ ਨਾ ਜਾਣੇ ਮੇਰਾ, ਨਾਉ ਨਾ ਜਾਣੇ ਮੇਰਾ, ਨਾਉ ਨਾ ਜਾਣੇ ਮੇਰਾ ਬਾਬਾ ਜੀ, ਨਾਉ ਨਾ ਜਾਣੇ ਮੇਰਾ, ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ, ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ ਜੀ, ਤੁਹਾਡੇ ਅੱਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਵਡਿਆਈ ਕੋਈ ਨਾਉ ਨਾ ਜਾਣੇ ਮੇਰਾ, ਬਾਬਾ ਜੀ ਕੋਈ ਨਾ ਨੀ ਜਾਣਦਾ ਸਾਡਾ, ਸਭ ਤੇਰੀਆਂ ਵਡਿਆਈਆਂ ਨੇ, ਤੇਰੀਆਂ ਕਿਰਪਾ ਨੇ, ਤੂੰ ਸਾਡੇ ਤੇ ਰਹਿਮਤਾਂ ਕਰੀ, ਸੰਗਤਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੀ, ਇਸੇ ਤਰ੍ਹਾਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਸੋਹਣੇ ਚਰਨਾਂ ਤੇ ਪ੍ਰਵਾਨ ਕਰੀ, ਆਪਣੇ ਦਰ ਘਰ ਦੇ ਵਿੱਚੋਂ ਨਾਮ ਦਾਨ ਦੀਆਂ ਦਾਤਾਂ ਬਾਬਾ ਜੀ ਜਿਹੜੀਆਂ ਵੰਡਦੇ ਆਏ ਹੋ, ਜਿਹੜੀਆਂ ਵੰਡੀਆਂ ਨੇ, ਅੱਗੋਂ ਤੋਂ ਸਦਾ ਵੰਡਦੇ ਰਹਿਣਾ, ਕਿਰਪਾ ਕਰਨੀ, ਸਭ ਦਾ ਪ੍ਰੇਮ ਤੇਰੇ ਚਰਨਾਂ ਦੇ ਨਾਲ ਪੈ ਜੇ। ਸੋ ਗੁਰੂ ਪਿਆਰਿਓ, ਸਤਿਗੁਰੂ ਦੇ ਚਰਨਾਂ ਨਾਲ ਜੁੜਨਾ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਹੈ, ਕੀ ਮਿਲਦਾ ਲੋਕ ਸੁਖੀਏ ਪਰਲੋਕ ਸੇਲੇ, ਨਾਨਕ ਹਰ ਪ੍ਰਭ ਆਪੇ ਵੇਲੇ, ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।